अज असी पिंड रायपुरा विखे मुख खेतीबाड़ी अफसर जी की अगवाई हेठ इतने इकट्ठे हुए हाँ। अज असी जिहड़े इत्थों दे किसान है उन्हां दे खेत दे विच अज असी शामिल होए हाँ, उन्होंने फसल में देख रहे हैं, मुआयना कर रहे हैं। असीं पुछना चाहांगे कि जिहड़े किसान ने यह दसणगे कि इहनां की नां है ते अपने किस तरह इहनां दे फसल की की स्थिति है इहनां दी। मेरा नाम विजय कुमार है जी, ते रेहड़ी दा नाम श्री ओम प्रकाश, पिंड रायपुरा जी। ते मैं 926 वरायटी लाई है जी। फिलहाल हुण कोई बीमारी नहीं है, कोई सुंडी नहीं, कुछ नहीं गई। ऐसे किन्नी स्प्रेयां कीती है तुसीं? दूजी स्प्रे होनी है जी। पहली स्प्रे तुसीं कीड़ी कीती है जी? पहली स्प्रे असीं नॉर्मली कीती है, एक तरह ते प्रॉब्लम वगैरह प्रॉब्लम कीती है जी। उस तुहानूं वधिया असर मिले जी? हाँ ठीक है सर, देख लो तुहाडे सामने जी। ठीक है जी, एक तुहानूं पुछना चाहुंदे आ, जो सरकार ने इस वारी वादे कीते सी तुहाडे नाल कि भी पानी समय सिर मिलना, एक जो बीज सबसिडी मिलना, इस बारे तुहाडी की राय है कि भी सरकार दा कदम किस तरह दा है जी? पानी भी सही मिले, टाइम ते मिले, ते सबसिडी सानू टाइम ते मिल गई। बीज की जिहड़ी सबसिडी सी ओह टाइम ते मिली। ठीक है, ते सरकार नू असीं गुंजाइश करनी चाहन, जिहड़े भी ट्रैप जिवें तुसीं पहलां लवाउंदे हो शुरू च, ओह थोड़े जे फ्री वंडण, भी छोटे किसानां नू मिल जाण ना, एक दिन मिल जाए, एक अद्धा ओह आप लिआवे, एक एक दो दो लगदे रहण, तां सर मन लो काफ़ी हद तक इन्हां च आपां नू मिल सकदा है, मदद मिल सकदी है। जिवें दवाइयां भी दस रहे हैं, हो सकता है थोड़ा बहुत सैंपल भी होण सरकार वल्लों, डेमो तरह मिल जाए, डेमो वगैरह होण जा हो रहा है। खेतीबाड़ी विभाग जिवें हुण विचर रहे, इस तरह ही विचरदा रहे तां आण वाला समां होर भी चंगा निकल सकदा है। हुण मैं साडे मुख खेतीबाड़ी अफसर डॉक्टर गुरमीत सिंह जिम्मा जी नूं बेनती करांगा कि भी उह इहनां बारे कोई दो शब्द बोलण। मैं गुरमीत सिंह जिम्मा, मुख खेतीबाड़ी अफसर फाजिलका। ਪੰਜਾਬ ਸਰਕਾਰ ਵੱਲੋਂ ਜੋ ਹਦਾਇਤਾਂ ਨੇ ਕਿ ਫਸਲਾਂ ਤਾਂ ਅਸੀਂ ਸਾਰੀਆਂ ਹੀ ਬਚਾਉਣੀਆਂ ਹੁੰਦੀਆਂ, ਖੇਤੀਬਾੜੀ ਮਹਿਕਮੇ ਦਾ ਜਿਹੜਾ ਮੇਨ ਕੰਮ ਹੈ ਉਹ ਕਿਸਾਨੀ ਦੀ ਸੇਵਾ ਹੈ। ਕਿਸਾਨ ਦੀ ਜੇ ਫਸਲ ਚੰਗੀ ਹੈ ਤਾਂ ਹੀ ਜਿਹੜਾ ਉਹ ਕਿਸਾਨ ਖੁਸ਼ਹਾਲ ਹੋਊਗਾ, ਜੇ ਕਿਸਾਨ ਖੁਸ਼ਹਾਲ ਹੈ ਤਾਂ ਸਾਰਾ ਜਿਹੜੇ ਹੈ ਬਿਜ਼ਨਸ ਹੈ ਜਿਹੜਾ ਸਾਡਾ, ਸਾਰਾ ਦਾਰੋਮਦਾਰ ਹੈ, ਵਪਾਰ ਹੈ, ਉਹ ਸਾਰਾ ਜਿਹੜਾ ਖੇਤੀ 'ਤੇ ਬੇਸਡ ਹੈ। ਤਾਂ ਹੁਣ ਪਿਛਲੀ ਦਿਨੀ ਜਿਹੜੀ ਹੈ ਨਰਮੇ ਦੀਆਂ ਸਾਡੀਆਂ ਹਾਇਰ ਲੈਵਲ 'ਤੇ ਵੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ, ਸਾਨੂੰ ਉੱਪਰੋਂ ਵੱਖ ਵੱਖ ਤਰ੍ਹਾਂ ਦੀਆਂ ਹਦਾਇਤਾਂ ਮਿਲਦੀਆਂ ਰਹਿੰਦੀਆਂ। ਉਹਨਾਂ ਦੇ ਤਹਿਤ ਹੀ ਸਾਨੂੰ ਕੁਝ ਦਿਨ ਪਹਿਲਾਂ ਖੇਤੀਬਾੜੀ ਮੰਤਰੀ ਸਾਹਿਬ ਨੇ ਨਿੱਜੀ ਤੌਰ 'ਤੇ ਫੋਨ ਕੀਤਾ ਸੀਗਾ ਜੀ ਕਿ ਤੁਸੀਂ ਆਪ ਕਮਾਂਡ ਸੰਭਾਲੋ ਅਤੇ ਜਿਹੜੀ ਆਪਣੀ ਸਾਰੀ ਮਸ਼ੀਨਰੀ ਹੈ ਅਤੇ ਫਾਰਮਰਸ ਨੇ ਇਹਨਾਂ ਨੂੰ ਹੋਰ ਐਕਟਿਵ ਕੀਤਾ ਜਾਵੇ। ਇਹਦੇ ਕੋਈ ਦੋ ਰਾਏ ਨਹੀਂ ਵੀ ਸਾਡਾ ਖੇਤੀਬਾੜੀ ਵਿਭਾਗ ਹੈ ਜਿਹੜਾ ਉਹ ਪਿੰਡ ਪੱਧਰ 'ਤੇ ਜਿਹੜਾ ਪਹਿਲਾਂ ਸ਼ੁਰੂ ਤੋਂ ਹੀ ਨਰਮੇ ਦੀ ਬਿਜਾਈ ਤੋਂ ਪਹਿਲਾਂ ਜਿਹੜੇ ਕੰਮ ਕਰਨ ਵਾਲੇ ਸੀਗੇ, ਵੇਸਟ ਲੈਂਡ ਦੇ ਵਿੱਚ ਨਦੀਨਾਂ ਦਾ ਨਾਸ਼ ਕਰਨਾ ਜਿੱਥੇ ਕਿ ਵਾਈਟ ਫਲਾਈ ਪਲ ਰਹੀ ਹੁੰਦੀ ਹੈ, ਉੱਥੋਂ ਤੋਂ ਸਾਡੀ ਜਿਹੜੀ ਹੈ ਜਿਹੜੀ ਕੰਪੇਨ ਹੈ ਇਹ ਨਰਮੇ ਦੀ ਫਸਲ ਬਾਰੇ ਸ਼ੁਰੂ ਹੋ ਜਾਂਦੀ ਹੈ। ਤਾਂ ਉਦੋਂ ਕਰਦਿਆਂ ਕਰਦਿਆਂ ਹੁਣ ਇਸ ਪੜਾਅ 'ਤੇ ਪਹੁੰਚੇ ਹੈ ਕਿ ਜਿਹੜੀ ਅੱਜ ਨਰਮੇ ਦੀ ਪੁਜੀਸ਼ਨ ਹੈ, ਜਿਸ ਤਰ੍ਹਾਂ ਦੇ ਖੇਤਾਂ 'ਚ ਅਸੀਂ ਖੜ੍ਹੇ ਹੈ। ਕੱਲ੍ਹ ਵੀ ਅਸੀਂ ਅਬੋਹਰ ਦੇ ਕਾਫੀ ਪਿੰਡਾਂ ਦਾ ਦੌਰਾ ਕੀਤਾ, ਸਾਡੇ ਨਾਲ ਯੂਨੀਵਰਸਿਟੀ ਦੀ ਟੀਮ ਸੀਗੀ। ਤਾਂ ਉਹਦੇ ਵਿੱਚ ਇਹ ਸੀਗਾ ਵੀ ਹੁਣ ਸਾਨੂੰ ਰਿਪੋਰਟਾਂ 'ਚ ਵੀ ਵੇਖਣ ਨੂੰ ਮਿਲਿਆ ਸੀ, ਕਿਸਾਨਾਂ ਵੱਲੋਂ ਵੀ ਸਾਨੂੰ ਕਈ ਫੋਨ ਗਏ ਸੀ ਜੀ ਵੀ ਗੁਲਾਬੀ ਸੁੰਡੀ ਦਾ ਜਿਹੜਾ ਹਮਲਾ ਹੋ ਗਿਆ, ਤਾਂ ਉਹਦੀ ਅਸੀਂ ਉਸੇ ਲੜੀ ਦੇ ਤਹਿਤ ਅਸੀਂ ਹੁਣ ਕੱਲ੍ਹ ਮੈਂ ਵੀ ਖੇਤਾਂ ਦਾ ਵਿਜ਼ਿਟ ਕੀਤਾ ਹੈ, ਤਾਂ ਜਿਹੜੀ ਹੈ ਕੋਈ ਦੋ ਰਾਏ ਨਹੀਂ ਵੀ ਸੁੰਡੀ ਦਾ ਹਮਲਾ ਸ਼ੁਰੂ ਹੋਇਆ ਹੈ। ਸ਼ੁਰੂ ਇਸ ਤਰ੍ਹਾਂ ਹੋਇਆ ਵੀ ਇਹ ਜਿਹੜੇ ਉਹ ਖੇਤ ਜਿਹੜੇ ਸਰੋਂ ਵਾਲੇ ਸੀ, ਅਗੇਤੇ ਸੀਗੇ, ਜਿਹਨੂੰ ਕਿ ਕਿਸਾਨ ਆਮ ਇਹ ਕਹਿ ਦਿੰਦਾ ਸੀ ਵੀ ਇਹ ਤਾਂ ਆਉਟ ਦਾ ਫਲ ਹੈ, ਅਤੇ ਕਿਸਾਨ ਵੀ ਜ਼ਿਆਦਾ ਉਹ ਤੋਂ ਆਸ ਨਹੀਂ ਕਰਦਾ ਵੀ ਇਹ ਤਾਂ ਆਉਟ ਦਾ ਫਲ ਹੈ, ਉਹਦੇ ਕੰਨੀ ਕੋਈ ਜ਼ਿਆਦਾ ਕਿਸਾਨ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ। ਤਾਂ ਜਿਹੜੇ ਅਗੇਤਾ ਕੋਈ ਫਲ ਸੀਗਾ ਉਹਦੇ ਵਿੱਚ ਉਦੋਂ ਕਿਸਾਨ ਨੇ ਹਜੇ ਇਸ ਉਹਦੀ ਦਿਮਾਗ ਸੀਗਾ ਵੀ ਜੇ ਅੱਜ ਹੀ ਸਪਰੇਅ ਸ਼ੁਰੂ ਕਰਤੀ ਤਾਂ ਨਰਮੇ ਦੀ ਫਸਲ ਬੜੀ ਲੰਬੀ ਹੈ ਅਤੇ ਇਹ ਜਿਹੜਾ ਕੰਮ ਸੂਤ ਨਹੀਂ ਆਉਣਾਗਾ, ਇਸ ਕਰਕੇ ਉਹਨੇ ਸਪਰੇਅ ਤੋਂ ਪਰਹੇਜ਼ ਰੱਖਿਆ। ਤਾਂ ਕਈ ਖੇਤਾਂ ਦੇ ਵਿੱਚ ਜਿਹੜੇ ਪੁਰਾਣੇ ਟਿੰਡੇ ਨੇ ਜਿਹੜਾ ਅਗੇਤਾ ਫਲ ਸੀ ਉਹਦੇ ਵਿੱਚ ਜ਼ਰੂਰ ਸਾਨੂੰ ਸੁੰਡੀ ਵੇਖਣ ਨੂੰ ਮਿਲ ਰਹੀ ਹੈ, ਪਰ ਮੈਂ ਜਿਵੇਂ ਹੁਣ ਖੇਤ ਦੇ ਵਿੱਚ ਵੀ ਵਿਖਾਇਆ, ਤੁਸੀਂ ਇੱਧਰ ਕਰੋ ਕਿ ਜਿਹੜਾ ਥੱਲੇ ਵਾਲਾ 20-25% ਫਲ ਪੱਕਿਆ, ਹੋ ਸਕਦਾ ਉਹਦੇ ਵਿੱਚ ਕੋਈ 1-2-4% ਸੁੰਡੀ ਦਾ ਹਮਲਾ ਵੀ ਹੋਵੇ, ਪਰ ਜਿਹੜਾ ਉੱਪਰਲਾ 2 ਹਿੱਸੇ ਫਲ ਲੱਗਿਆ ਇਹ ਇਹਨੂੰ ਤੁਸੀਂ ਬਚਾ ਸਕਦੇ ਹਾਂ, ਔਰ 1 ਹਿੱਸਾ ਜਿਹੜਾ ਹਜੇ ਗਰੋਇੰਗ ਸਟੇਜ ਹੈ ਇਹਦੀ 1 ਹਿੱਸਾ ਹੋਰ ਲੱਗਣਾ। ਅਤੇ ਜੇ ਅਸੀਂ ਅੱਜ ਵੀ ਚੁਕੰਨੇ ਹੋ ਜਾਈਏ, ਜਿਹੜੀ ਪੁਰਾਣੀ ਸਾਡੇ ਤੋਂ ਭੁੱਲ ਹੋਈ ਹੈ ਕਿਸੇ ਲੈਵਲ 'ਤੇ, ਉਹਦੇ ਕੰਨੀ ਨਾ ਧਿਆਨ ਦਿੰਦੇ, ਹੁਣ ਜਿਹੜੀ ਫਸਲ ਆਪਣੇ ਕੋਲ ਮੌਜੂਦ ਆ ਜਿਹੜੀ ਚੀਜ਼ ਉਹਦੀ ਆਪਾਂ ਜਿਹੜੀ ਸਹੀ ਢੰਗ ਨਾਲ ਪਰਵਰਿਸ਼ ਕਰ ਲਈਏ ਤਾਂ ਹੁਣ ਵੀ ਸਾਡਾ ਜਿਹੜਾ ਨਰਮਾ ਹੈ ਆਰਾਮ ਨਾਲ 8-10 ਕੁਇੰਟਲ ਜਿਹੜਾ ਇਹੋ ਜਿਹੇ ਨਰਮੇ ਨੇ ਉੱਤੇ ਝਾੜ ਹੋ ਸਕਦਾ। ਅਤੇ
भी किसानों मेरी यही अपील है भी पुरानिया गलों को छड़ के आने वाले दिनों के चुकन्ने हो जाए सवेरे शाम अपने खेत का निरीक्षण कर गुलाबी फुल जोड़े बंद हुए हैं उन्होंने चैक कर जोड़ा टींडा तोड़ के देख भी सुंडी तो नहीं क्योंकि किसान वेखन फसल बहुत सोहनी लग रही है और है भी सोहनी जी सुंडी है वो टींडे के बच्चे है वह किसान पता नहीं लगता किसान उपरों वेख वेख के खुश है पर कई बार वह धोखा हो जाता भी सुंडी होंगी है पर किसान पता नहीं लगता इस करके असी कल नीति बनाई सी कि तीन दिन शुक्र छड़ी तो एतवार जिन्हें भी किसी सर्कल इंचार्ज को पिंड आते हैं उन्होंने तीन दिन वंड के तीन तो चार पिंड डेली कवर करके दो दो तीन तीन घंटे उस पिंड दे विच लाए जाण लोगों को खेतों के चल जा के सुंडी की पहचान कराई जाए वध तो वध उन्होंने जागरूक किया जाए ता कि जिहड़ा एक महीना साढ़े कोल बचा है उहदे विच असी फसल की सही संभाल करके सही असी वधिया जिहड़ा झाड़ लै सकीए